ਉਹਨੀ ਹੁਣ ਉਹ ਗੱਲ ਕਰੋ ਜ਼ਿੰਦਗੀ ਬਾਰੇ ਕੀ ਸੋਚਦੇ ਆ ਕੀ ਸੋਚਨੇ ਆ ਕੀ ਦੇਖਿਆ ਕੀ ਖਟਿਆ ਕੀ ਗਵਾਇਆ ਦੇਖਦੇ ਬਈ ਚਾਰ ਪੈਸੇ ਹੁਣ ਖਾਈਏ ਕਮਾਈਏ ਅੱਛਾ ਨਿਦਾਨ ਕਰੀਏ ਅੱਛਾ 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 ਸਾਰੀਆਂ ਗੱਲਾਂ ਵਿੱਚ ਕਰੀਏ ਮੇਰਾ ਦਿਲ ਇਦਾਂ ਇਦਾਂ ਡਰਦਾ ਵੀ ਹੁਣ ਮੈਨੂੰ ਕੁਝ ਹੋਰ ਨਾ ਜਾਵੇ ਅੱਛਾ ਕਿੰਨੀ ਉਮਰ ਹੋ ਗਈ ਆ ਆ ਦੇਖੋ ਅੜੜੜ ਮੇਰੇ ਕਾ ਹੋ ਹੀ ਗਏ ਹੁਣੇ 65-55 ਦੀ ਨਹੀਂ 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 65-55 ਦੀ 65 ਸਾਲ ਦਾ 47 ਨੂੰ ਹੋ ਗਿਆ ਅੱਛਾ ਲੈ ਤਾਂ ਫੇ ਜ਼ਿਆਦਾ 67 ਸਾਲ ਹੋ ਗਿਆ 47 ਨੂੰ ਅੱਛਾ ਅੱਛਾ ਤਾਂ ਹੀ ਅੜੜੜਾ ਹੋ ਗਿਆ ਮੈਂ ਦਾੜੀ ਮੁੰਨੀ ਨਹੀਂ ਕਰੀ ਵੀ ਦੋ ਤਿੰਨ ਵਾਰੀ ਇਦਾਂ ਮੈਂ ਕਰਕੇ ਦੇਖੀ ਇਦਾਂ ਬੜਾ ਬੜਾ ਚਾੜ ਕੇ ਤੇ ਬੰਨ ਲੈਣਾ ਜਦੋਂ ਫੇ ਮੈਨੂੰ ਕੋਲ ਆਉਂਦੀ ਆ ਤਾਂ ਫੇ ਮੈਂ ਕੀ ਕਰਦਾ ਇਹਨੂੰ ਕਰਕੇ ਨਾ ਇੱਦਾਂ ਕਰਕੇ ਇਹ ਕੀ ਹੋ ਗਿਆ ਜਦੋਂ ਨਾ ਵਹਿਮ ਹੋ ਜਾਂਦਾ ਬਈ ਜੋ ਮੈਂ ਰੋਟੀ ਪਾਉਣਾ ਮੂੰਹ 'ਚ ਮੂੰਹ 'ਚ ਆ ਜਾਂਦੀ ਫਿਰ ਮੈਨੂੰ ਕਹਿੰਦਾ ਕੀ ਕਰ ਲਿਆ ਫਿਰ ਫੜਾਂ ਤਾਂ ਕਹਿੰਦੀ ਕੱਟ ਦੇਵਾਂ ਉਹ ਨਹੀਂ 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 ਜਿੱਦਾਂ ਨੇ ਮੇਰਾ ਦਿਲ ਇਹ ਕਹਿੰਦਾ ਗੱਲ ਅੱਛਾ ਕਿਤਾ ਹਟ ਜਾਂਦਾ ਤੁਸੀਂ 80 ਸਾਲ ਦੇ ਆ 20 ਸਾਲ ਦੇ ਸੀਗੇ ਜੋ ਤੁਸੀਂ 47 ਹੋਣੇ ਕਿਉਂ ਅਸੀਂ ਗਿਣੇ ਨਹੀਂ ਐਵੇਂ ਝੂਠ ਬੋਲੀ ਅੱਛਾ ਗਿਣੇ ਹੋਣੇ ਜ਼ਰੂਰ ਇਹਨੇ ਖੁਰਾਕ ਕਿੰਨੀ ਕੁ ਹੁੰਦੀ ਸੀ ਤੁਹਾਡੀ ਹੈ ਖੁਰਾਕ ਮੈਂ ਜਿੱਦਾਂ ਤੈਨੂੰ ਮੈਂ ਦੱਸੀ ਨਾ ਮੈਂ ਬੂਟੇ ਬਾਟੇ ਪਾਇਓ ਬੈਠਕਾਂ ਮਾਰਨੀਆਂ ਡੰਡ ਮਾਰਨੀ ਬੈਠਕਾਂ ਕੌੜ ਦੌੜ ਵੀ ਕਰਨੀ ਤੁਹਾਡੇ ਕੇਬਲ ਰਲ ਕੇ ਅੱਛਾ ਛੂਟਾਂ ਲਾਉਣੀਆਂ ਫਿਰ ਮੋਰਨੀਆਂ ਪਾਉਣ ਲੱਪਣ ਇਕੱਠਿਆਂ ਦੇ ਦਾ ਅੱਛਾ ਅੱਛਾ ਆ ਦੇਖ ਭਾਈ ਤੇ ਦੌੜਾਂ ਵੀ ਲਾਉਣੀਆਂ ਡੰਡਾ ਵੀ ਫੜਨਾ ਉੱਧਰ ਮੇਲੇ ਦੇਖੇ ਆ ਉੱਧਰ ਪਾਕਿਸਤਾਨ 'ਚ ਮੇਲੇ ਪਾਕਿਸਤਾਨ ਦੇਖੇ ਕਿਹੜੇ ਕਿਹੜਾ ਮੇਲਾ ਦੇਖਿਆ ਉੱਥੇ ਲਨਕਾਣੇ ਦਾ ਮੇਲਾ ਮਸ਼ਹੂਰ ਹੁੰਦਾ ਸੀ ਦੇਖਿਆ ਉਹ ਦੇਖਿਆ ਪਹਿਲਾਂ ਆਉਣਾ ਬਚਿਆਣਾ ਫਿਰ ਆਉਣਾ ਲਨਕਾਣਾ ਅੱਛਾ 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 ਸਾਡੇ ਬਾਬਾ ਨੇ ਇੰਨਾ ਹੁੰਦਾ ਸ਼ਰਾਬ ਪੀਂਦਾ ਸੀ ਹੁਣ ਗਾਉਣੇ ਗਾਉਣੇ ਬੈਠ ਕੇ ਉਹਦੀ ਗੱਡੀ ਆਪਣੀ ਸੀ ਹੁਣ ਕਹਿਣਾ ਨਹੀਂ ਲੱਭਣਾ ਯਾਰ ਨੇ ਨਾ ਗਲੀਆਂ 'ਚ ਪਾਲੇਗੀ ਅਜੇ ਵੀ ਮਨ ਚੇਤਾ ਆਉਂਦਾ ਅੱਛਾ 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 ਗਾਉਣੇ ਗਾਉਣੇ ਬੈਠ ਕੇ ਉੱਤੇ ਨਹੀਂ ਲੱਭਣਾ ਯਾਰ ਨੇ ਨਾ ਗਲੀਆਂ 'ਚ ਪਾਲੇਗੀ ਨੀ ਇੰਨਾ ਸੋਹਣਾ ਇੰਨਾ ਸੀ ਅੱਛਾ ਕਹਿੰਦੇ ਦੁਨੀਆ ਨੂੰ ਰਾਜਾ ਦੇਖਦੀ ਕਿ ਕਿੱਥੇ ਦਾ ਸੀਗਾ ਉਹ ਆਇਆ ਲੰਬਿਓ ਸੀ ਸਾਡੇ ਨਾਲ ਮੇਲੇ ਆਉਣਾ ਬੈਠ ਕੇ ਸੀ ਖਾਣ ਪੀਣ ਦੀ ਅੱਛਾ 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 ਤੁਹਾਡੇ ਵਾਲੇ ਚੱਕ 'ਚ ਰਹਿੰਦਾ ਸੀ ਸਾਡੇ ਵਾਲੇ ਚੱਕ 'ਚ ਗੱਡੀ ਸੀ ਹੁਣ ਲਈਓ ਜੀ ਪੂਰੀ ਗੱਡੀ ਉਦੋਂ ਉਦੋਂ ਸਸਤੇ ਸਮੇਂ ਫਿਰ ਹੁਣ ਵੇਚ ਲਈ ਜਦੋਂ ਇੱਦਾਂ ਬੈਲੀ 'ਚ ਪੈ ਗਿਆ ਕੀ ਨਾਂ ਕੀ ਸੀ ਉਹਦਾ ਬਾਬਾ ਨਗੀਨਾ ਜੱਟ ਸੀ ਜੱਟ ਸੀ ਬਾਬਾ ਨਗੀਨਾ ਹੁਣ ਗਾਉਣੇ ਗਾਉਣੇ ਸ਼ਰਾਬ ਪੀ ਕੇ ਅੱਛਾ ਨਹੀਂ ਲੱਭਣਾ ਯਾਰ ਨਗੀਨਾ ਗਲੀਆਂ 'ਚ ਪਾਲੇਗੀ ਅਜੇ ਮੈਨੂੰ ਗੱਲਾਂ ਯਾਦ ਦਿਲ ਦੇ ਉੱਤੇ ਅੱਛਾ 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 ਨਗੀਨੇ ਬਾਰੇ ਦੱਸੋ ਨਗੀਨਾ ਕੀ ਚੀਜ਼ ਸੀ ਉਹਦੇ ਬਾਰੇ ਹੋਰ ਦੱਸੋ ਹਾਂ ਹੋਰ ਨਹੀਂ ਇੰਨੀਆਂ ਗੱਲਾਂ ਸੁਣੀਆਂ ਤਾਂ ਉਹ ਨਿਆਣੇ ਸੀ ਅੱਛਾ ਅੱਛਾ ਉਹ ਵੱਡਾ ਸੀ ਉਹ ਵੱਡਾ ਸੀ ਉਹ ਵੱਡਾ ਉਹ ਫਿਰ ਉਹ ਵੀ ਇੱਧਰੋਂ ਆ ਗਿਆ ਸੀ ਉਹ ਵੀ ਇੱਧਰ ਆ ਗਿਆ ਫਿਰ ਪਤਾ ਨਹੀਂ ਕਿਹੜੇ ਪਿੰਡ ਨੂੰ ਚਲੇ ਗਿਆ ਅੱਛਾ ਅੱਛਾ ਖੇਲ ਪਛੜ ਗਿਆ ਕੋਈ ਕੋਈ ਪਤਾ ਨਹੀਂ ਕਿਹੜੇ ਜਿਹੜੇ ਤੁਹਾਡੇ ਬਚਪਨ ਦੇ ਉੱਥੇ ਦੋਸਤ ਸੀਗੇ ਮੁਸਲਮਾਨ ਜਦੋਂ 47 ਵਾਪਰਿਆ ਉਹ ਤੁਹਾਨੂੰ ਮਿਲੇ ਫਿਰ ਨਹੀਂ ਜੀ ਇੱਥੇ ਮਿਲੇ ਨਹੀਂ ਬੋਨੇਗਰ ਬੋਧੂ ਗਾਮਾ ਬਿੱਲੂ ਨਹੀਂ ਨਹੀਂ ਉਹ ਤੁਹਾਨੂੰ ਤੁਹਾਨੂੰ ਚਾੜ ਨਹੀਂ ਆਏ ਤੁਹਾਨੂੰ ਤੋਰਨ ਨਹੀਂ ਆਏ ਆਏ ਸੀ ਜੀ ਉਹ ਜਦੋਂ ਰੌੜੀ ਆਏ ਰੜੀ ਸੀ ਬੜੀ ਖੁੱਲ੍ਹੀ ਉੱਥੇ ਕੱਟੇ ਖੁੱਟੇ ਹੋਏ ਕੋਈ ਕਿਸੇ ਪਾਸੇ ਨੂੰ ਲੜ ਗਿਆ ਕਿਸੇ ਪਾਸੇ ਨੂੰ ਗਿਆ ਅਸੀਂ ਹਲਕੇ ਸੀ ਕੋਈ ਗੱਲ ਰਿਕਾਰਡ ਨਹੀਂ ਦਿੱਤੀ ਕੀਤੀ ਵੀ ਸਾਨੂੰ ਪੁੱਛਣ ਜਾਊਗੀ ਅੱਛਾ 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 ਇੱਦਾਂ ਹੋਈ ਫਿਰ ਖੇਲ ਪਛੜ ਗਏ ਪਿੰਡ ਵਾਲੇ ਨੇ ਨੁਕਸਾਨ ਕੀਤਾ ਤੁਹਾਡਾ ਨਹੀਂ ਪਿੰਡ ਵਾਲੇ ਨੇ ਕੋਈ ਨਹੀਂ ਕਿਹਾ ਉੱਥੋਂ ਤੋਰਨ ਆਏ ਰੜੀ ਤੱਕ ਆਏ ਚਲੇ ਜਾਓ ਕਹਿੰਦੇ ਸਤਿ ਸ਼੍ਰੀ ਅਕਾਲ ਉਹਨੇ ਕਿਹਾ ਹਾਂ ਉਹਨੇ ਇੱਦਾਂ ਕਿਹਾ ਬਈ ਅਸੀਂ ਮੁੜ ਚੱਲੇ ਹਾਂ ਤੁਸੀਂ ਹੁਣ ਆਪਣੇ ਪਿੰਡਾਂ ਨੂੰ ਜਾਓ ਓਹੋ ਤੁਹਾਨੂੰ ਚੇਤੇ ਆਓ ਸਤਿ ਸ਼੍ਰੀ ਅਕਾਲ ਚੇਤੇ ਸਤਿ ਸ਼੍ਰੀ ਅਕਾਲ ਆਖਰੀ ਸਤਿ ਸ਼੍ਰੀ ਅਕਾਲ ਉਹ ਅੱਲਾ ਮੌਲਾ ਕਹਿੰਦੇ ਸੀ ਪੈਸਾ ਉਹਨੇ ਕਿਹਾ ਵੀ ਸਰਦਾਰਾਂ ਨੂੰ ਸਤਿ ਸ਼੍ਰੀ ਅਕਾਲ ਹੀ ਕਹੀਏ ਓਹੋ ਇੱਦਾਂ ਗੱਲਾਂ ਤੇ ਜੇ ਤੁਹਾਨੂੰ ਕੋਈ ਹੁਣ ਕਵੇ ਤੁਹਾਡੇ ਪਿੰਡ ਲਈ ਜਾਣਾ ਚੱਲ ਜਾਓਗੇ ਨਹੀਂ ਹੁਣ ਚਿਰ ਹੋ ਗਿਆ ਭੁੱਲ ਗਿਆ ਕਰਾਂਗਣਾ ਪਡੋਰੀ ਭੁੱਲ ਗਏ ਹੁਣ ਮੈਂ ਨਹੀਂ ਕਰਾਂਗਣਾ ਪਡੋਰੀ ਨਹੀਂ 30 ਚੱਕ ਹਾਂ 30 ਚੱਕ ਉਹ ਤਾਂ ਬਾਰ ਵਿੱਚ ਰਹਿੰਦਾ ਸੀ ਨਹੀਂ ਜੇ ਜਦੋਂ ਬਾਹਰ 'ਚ ਤੁਹਾਨੂੰ ਲਿਆ ਜਾਵੇ ਹਾਂ ਤੁਹਾਨੂੰ ਸਭ ਤੋਂ ਜ਼ਿਆਦਾ ਯਾਦ ਕਿਸ ਚੀਜ਼ ਦੀ ਆਉਂਦੀ ਰਹੀ ਆ ਅਸੀਂ ਟੋਲਦੇ ਦੇਖਾਂਗੇ ਵੀ ਸਾਡਾ ਘਰ ਕਿਹੜਾ ਇੱਦਾਂ ਚੱਲ ਲੱਭਦੇ ਰਹਾਂਗੇ ਅੱਛਾ 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 ਸਾਗਰ ਹੁਣ ਲੱਭ ਨਹੀਂ ਸਕਦਾ ਹੁਣ ਦਿਮਾਗ ਨਹੀਂ ਕੰਮ ਕਰਦਾ ਤੁਸੀਂ ਪੜ੍ਹੇ ਵੀ ਸੀ ਸਕੂਲੇ ਗਏ ਸੀ ਗਏ ਸੀ ਥੋੜ੍ਹਾ ਜਿਹਾ ਪੜ੍ਹਿਆ ਬਾਸਾ ਰਹਾ ਦਿੱਤਾ ਨਹੀਂ ਸਕੂਲ ਪਿੰਡ 'ਚ ਸੀ ਪਿੰਡ 'ਚ ਹੀ ਸੈਣੀਆਂ ਦਾ ਸਕੂਲ ਸੀ ਬਣਾਇਆ ਅੱਛਾ ਤੇ ਉਹ ਬਾਸਾ ਲੈ ਕੇ ਧੂ ਕੇ ਰੱਖ ਜਾਣਾ ਟੀਚਰ ਕੌਣ ਸੀ ਉੱਥੇ ਟੀਚਰ ਸਾਨੂੰ ਪਤਾ ਨਹੀਂ ਜੀ ਨਿਆਣੇ ਨਹੀਂ ਸਰਦਾਰ ਸੀ ਟੀਚਰ ਕਿ ਮੁੰਨਾ ਨਹੀਂ ਕਿ ਸਰਦਾਰ ਸੀ ਟੀਚਰ ਦੇਰ ਦੀਆਂ ਗੱਲਾਂ 'ਚ ਭੁੱਲ ਗਈ ਐਵੇਂ ਝੂਠ ਰਹਿ ਦਿਓ ਕਾਹਨੂੰ ਕੋਈ ਆਈਏ ਸੱਚ 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 ਤੁਹਾਡੇ ਨਾਲ ਕਦੇ ਰਾਮਪੁਰ ਝੰਜੋ ਵਾਲੀਏ ਤਾਂ ਨਹੀਂ ਸੀਗੇ ਉੱਥੇ ਸੈਣੀ ਬਰਾਂਡ ਦੇ ਆਦਮੀ ਬਹੁਤ ਸੀਗੇ
ਜਿਹੜਾ ਇੱਧਰ ਬਰਾਮ ਆ ਚੱਕ ਬਰਾਮ ਆ ਕੋਈ ਚੱਕ ਬਰਾਮ ਅੱਛਾ ਅੱਛਾ ਉੱਥੇ ਉੱਧਰ ਉੱਥੇ ਦੇ ਸੀਗੇ ਸੈਣੀ ਅੱਛਾ ਅੱਛਾ ਹਾਂ ਜੱਟ ਕਰਾਂਗਣੇ ਪੁੱਟੋ ਜੇ ਸੀ ਕੋਈ ਹੋਰਾਂ ਦੇ ਪਿੰਡਾਂ ਵੀ ਥੋੜੇ ਥੋੜੇ ਸੀਗੇ ਬਹੁਤੇ ਬਹੁਤ ਦੋਏ ਕੋ ਮਾ ਸੀ ਜੱਟ ਸੈਣੀ ਅੱਛਾ ਅੱਛਾ ਮੁਸਲਮਾਨ ਜਲਾਹੇ ਫੱਤੂ ਗਾਮਾਂ ਸਾਨੂੰ ਨਾਲ ਜ਼ਿਆਦਾ ਤਾਸ਼ ਖੇਲਣੀ ਖੁਦੋ ਖੁਣੀ ਖੇਲਣੀ ਘੋਲਣਾ ਛੱਪੜ ਦੇ ਕੰਢੇ ਹੈ ਤੀਹ ਚੱਕ ਜੇ ਤੀਹ ਚੱਕ ਜਾਣਾ ਹੋਵੇ ਪਹਿਲਾਂ ਲਾਇਲਪੁਰ ਉੱਤਰਦੇ ਸੀ ਹਾਂ ਲਾਇਲਪੁਰ ਫਿਰ ਜਾਂ ਲਾਇਲਪੁਰ ਉੱਤੇ ਜਾਣਾ ਜਾਂ ਲੜਕਾਣਾ ਬਚਿਆਣੇ ਰਾਹ ਵਿੱਚ ਟੇਸ਼ਨ ਇੱਕ ਆਉਂਦਾ ਸੀ ਉੱਥੇ ਲੈ ਜਾਣਾ ਫਿਰ ਰਕਸ਼ੇ ਟਾਂਪੂ ਟੂੰਪੇ ਫਿਰ ਉੱਥੇ ਨੇੜੇ ਨੇੜੇ ਸੀਗਾ ਉੱਥੋਂ ਨੇੜੇ ਸੀ ਕੋਈ ਪੰਜ ਚਾਰ ਮੀਲ 'ਤੇ ਸੀ ਜ਼ਮੀਨ ਇੱਥੇ ਨਾਲੋਂ ਵਧੀਆ ਸੀ ਉਹ ਪਾਣੀ ਲੱਗਦਾ ਚੰਗੀ ਵਧੀਆ ਤਾਪੇ ਸੀਗੀ ਤੁਹਾਨੂੰ ਪਤਾ ਹੀ ਹੈ ਤੁਸੀਂ ਤਾਂ ਨਾਲ ਪਾਣੀ ਲੱਗਦੇ ਕਿੰਨੀ ਕੁ ਵਾਰੀ ਰੋਏ ਫਿਰ ਸੰਤਾਲੀ ਤੋਂ ਬਾਅਦ ਚੇਤਾ ਕਰਕੇ ਆਪਣੇ ਪਿੰਡ ਨੂੰ ਰੋਣਾ ਕੀ ਹੈ ਜੀ ਰੋ ਹੁੰਦਾ ਕਿਤੇ ਇੱਕ ਵਾਰੀ ਰੋ ਦੋ ਦੋ ਵਾਰੀ ਬਹੁਤੀ ਚਿਰ ਤੱਕ ਗੱਲਾਂ ਵੀ ਨਹੀਂ ਹੁੰਦੀਆਂ ਵਾਈ ਵਾਹ ਹੁਣ ਆਹ ਮੈਂ ਹੁਣ ਤਾਂ ਗਿਆ ਤਾਂ ਮੇਰੇ ਦਿਲ ਇੱਦਾਂ ਕਹਿੰਦਾ ਮੈਨੂੰ ਕੀ ਹੋ ਜਾਣਾ ਨਹੀਂ ਵੀ ਬਸ ਕਰਦੇ ਹਾਂ ਤਾਂ ਦਿਲ ਤੁਹਾਡਾ ਨਹੀਂ ਕੰਪਣਾ ਚਾਹੀਦਾ ਫਿਰ ਸਹੀ ਚਲੋ ਠੀਕ ਆ ਜੀ ਫਿਰ ਚੰਗਾ ਫਿਰ ਕਿਤੇ ਆ ਜਾ ਬੰਨਾ ਵਸੀਮਾ ਕਿਤੇ ਮਿਲ ਜਾ ਕੋਈ ਮੈਂ ਮੈਂ ਆਉਂਗਾ ਗਰਮੀਆਂ 'ਚ ਤੁਸੀਂ ਠੀਕ ਹੋ ਗਏ ਉੱਥੇ ਆਇਆ ਕਰੋ ਫਿਰ ਉੱਥੇ ਆਊਂਗਾ ਤੁਹਾਨੂੰ ਬਾਗ 'ਚ ਮਿਲਣ ਚੰਗਾ ਠੀਕ ਹੈ ਜੀ ਹਾਂ ਬਾਗ ਤਾਂ ਨੇੜੇ ਹੀ ਕਰ ਮੁੰਡੇ ਤੁਹਾਡੇ ਨਾਲ ਹੀ ਆ ਇਕੱਠੇ ਰਹਿ ਕਰਦੇ ਤੁਸੀਂ ਭਾਜੀ